ਸਿਆਸੀ ਪਾਰਟੀਆਂ, ਵਿਰੋਧੀ ਧਿਰਾਂ, ਵਿਰੋਧੀ ਲੀਡਰ ਲਗਾਤਾਰ ਤੰਜ ਕੱਸ ਰਹੇ ਨੇ ਸੀ ਐਮ ਭਗਵੰਤ ਮਾਨ ਦੇ ਉੱਤੇ, ਔਰ ਉਹਨਾਂ ਦੇ ਵਿੱਚ ਸ਼ੁਮਾਰ ਹੋ ਗਏ ਨੇ ਲੱਖਾ ਸਿਧਾਣਾ। ਲੱਖਾ ਸਿਧਾਣਾ ਨੂੰ ਵੀ ਸਿਆਸਤਦਾਨੀ ਕਹਿਣਾ ਚਾਹੀਦਾ ਕਿਉਂਕਿ ਚੋਣਾਂ ਤੱਕ ਲੜੀ ਰਹੇ ਨੇ, ਪੰਜਾਬ ਦੀ ਸਿਆਸਤ ਨੂੰ ਲੈ ਕੇ ਸੁਹਿਰਦ ਵੀ ਨੇ, ਪੰਜਾਬ ਦੀ ਸਿਆਸਤ ਵਿੱਚ ਵਿਚਰ ਵੀ ਰਹੇ ਨੇ। ਹਾਲਾਂਕਿ ਲੱਖਾ ਸਿਧਾਣਾ ਬਾਰੇ ਗੱਲ ਕਰਦੇ ਹਾਂ, ਬੜੇ ਸਿਆਸੀ ਲੀਡਰ ਇੱਥੋਂ ਤੱਕ ਗੱਲਾਂ ਕਰ ਜਾਂਦੇ ਨੇ ਕਿ ਇਹ ਤਾਂ ਗੈਂਗਸਟਰ ਰਹਿ ਚੁੱਕਿਆ, ਪਰ ਲੱਖਾ ਸਿਧਾਣਾ ਕਹਿੰਦੇ ਨੇ ਕਿ ਉਹਨਾਂ ਨੇ ਆਪਣਾ ਪਾਸਟ ਛੱਡ ਦਿੱਤਾ, ਪੰਜਾਬ ਦੇ ਹਿੱਤ ਵਾਸਤੇ ਉਹ ਕੰਮ ਕਰ ਰਹੇ ਨੇ। ਖੈਰ, ਲੱਖਾ ਸਿਧਾਣਾ ਸੀ ਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਟਿੱਪਣੀ ਕਰਦੇ ਨਜ਼ਰ ਆਏ ਨੇ, ਔਰ ਉਸੇ ਦੇ ਵਿੱਚ ਲੱਖੇ ਸਿਧਾਣੇ ਨੇ ਬੜੀਆਂ ਬੜੀਆਂ ਵੱਡੀਆਂ ਗੱਲਾਂ ਕਰ ਦਿੱਤੀਆਂ। ਉਹਨਾਂ ਦੀ ਇਸ ਗੱਲ ਦੇ ਵਿੱਚ ਇੱਕ ਚਰਚਾ ਇੱਥੋਂ ਸ਼ੁਰੂ ਹੋ ਗਈ ਕਿ ਕੀ ਹੁਣ ਸੀ ਐਮ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਰਹਿਣਗੇ, ਕੀ ਪੰਜਾਬ ਦਾ ਮੁੱਖ ਮੰਤਰੀ ਕੋਈ ਹੋਰ ਹੋਵੇਗਾ। ਅਸੀਂ ਨਹੀਂ ਕਹਿ ਰਹੇ, ਲੱਖੇ ਸਿਧਾਣੇ ਦੀਆਂ ਗੱਲਾਂ ਦੇ ਵਿੱਚੋਂ ਇਹ ਗੱਲਾਂ ਉੱਠ ਕੇ ਸਾਹਮਣੇ ਆ ਰਹੀਆਂ ਨੇ। ਆਖਿਰ ਲੱਖਾ ਸਿਧਾਣਾ ਆਪਣੀ ਇਸ ਬਿਆਨ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ, ਸੀ ਐਮ ਭਗਵੰਤ ਮਾਨ ਦੇ ਉੱਤੇ ਇਸ ਹੱਦ ਤੱਕ ਦਾ ਨਿਸ਼ਾਨੇ ਲੱਖਾ ਸਿਧਾਣਾ ਕਿਉਂ ਸਾਧਦੇ ਪਏ ਨੇ, ਆਓ ਉਹਨਾਂ ਦੇ ਮੂੰਹੋਂ ਸੁਣ ਲੈਂਦੇ। ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੁਹਾਡਾ ਮੁੱਖ ਮੰਤਰੀ ਨਹੀਂ ਰਿਹਾ, ਸੋ ਪਹਿਲਾਂ ਵੀ ਪਿਛਲੇ 2-2.5 ਸਾਲ ਤੋਂ ਜੋ ਪੰਜਾਬ ਦੀ ਸਰਕਾਰ ਚੱਲਦੀ ਰਹੀ ਆ ਉਹਨੂੰ ਦਿੱਲੀ ਵਾਲੇ ਹੀ ਚਲਾਉਂਦੇ ਰਹੇ ਆ, ਚਾਹੇ ਉਹ ਰਾਘਵ ਚੱਡਾ ਹੋਵੇ, ਚਾਹੇ ਹੋਰ ਇਹਨਾਂ ਦੇ ਦਿੱਲੀ ਵਾਲੇ ਬੰਦੇ ਹੋਣ। ਪਰ ਹੁਣ ਤਾਂ ਜਮਾਂ ਹੀ ਇੱਕ ਤਰੀਕੇ ਦੇ ਨਾਲ ਭਗਵੰਤ ਮਾਨ ਨੂੰ ਇਹਨਾਂ ਨੇ ਜਮਾਂ ਹੀ ਇੱਕ ਖੂੰਜੇ ਲਾ ਤੱਕ ਪਾਸੇ ਕਰਤਾ। ਆ ਪਿੱਛੇ ਜੇ ਜਿਵੇਂ ਮੰਤਰੀਆਂ ਨੂੰ ਬਦਲਿਆ ਗਿਆ, ਦਿੱਲੀ ਵਾਲਿਆਂ ਨੇ ਆਪਣੇ ਚਹੇਤੇ ਮੰਤਰੀ ਲਾਏ ਜਿਨ੍ਹਾਂ ਰਾਹੀਂ ਦਿੱਲੀ ਨੇ ਮੋਟਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਕਰਨਾ ਹੈ, ਜਿਹੜੇ ਆਪਣੇ ਆਪ ਨੂੰ ਪੂਰੇ ਕੱਟੜ ਇਮਾਨਦਾਰ ਕਹਾਉਣ ਵਾਲਾ ਕੇਜਰੀਵਾਲ ਅਤੇ ਉਹਦੀ ਸਾਰੀ ਜੁੰਡਲੀ, ਉਹਨਾਂ ਦੀ ਇੱਕੋ ਹੀ ਸਕੀਮ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਰਹਿੰਦੇ 2-2.5 ਸਾਲਾਂ ਦੇ ਵਿੱਚ ਜਿੰਨਾ ਪੈਸਾ ਇਕੱਠਾ ਕੀਤਾ ਜਾਂਦਾ, ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ, ਉਹਨੂੰ ਲੁੱਟ ਲਓ।